ਤੁਹਾਨੂੰ ਵੀ ਇਹ ਗਲਤੀ 5000 ਰੁਪਏ ਵਿੱਚ ਪੈ ਸਕਦੀ ਹੈ। ਸਸਤੀ ਗੱਲ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਅੱਜ 30 ਡੇਸ 30 ਐਨ ਜੀਓਜ਼ ਦਾ ਆਖਰੀ ਦਿਨ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਿਧਵਾ ਨਹਿਰ। ਜਿੱਥੇ ਜ਼ੋਨਲ ਕਮਿਸ਼ਨਰ ਸਰਦਾਰ ਜਸਦੇਵ ਸਿੰਘ ਸੇਖੋ ਜੀ ਵੱਲੋਂ ਮਾਰਸ਼ਲਾਈਟ ਟੀਮ ਨਾਲ ਮਿਲ ਕੇ ਨਹਿਰ ਨੂੰ ਸਾਫ਼ ਰੱਖਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਉੱਥੇ ਜਾ ਕੇ ਅਸੀਂ ਮਿਲੇ ਮਨਦੀਪ ਕੇਸ਼ਵ ਜੀ ਨੂੰ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਜੇ ਕੋਈ ਵੀ ਵਿਅਕਤੀ ਨਹਿਰ ਵਿੱਚ ਅਨਾਜ ਤੋਂ ਇਲਾਵਾ ਕੁਝ ਵੀ ਸੁੱਟਦਾ ਫੜਿਆ ਜਾਂਦਾ ਹੈ ਉਸ ਨੂੰ 1000 ਤੋਂ 5000 ਤੱਕ ਦਾ ਜੁਰਮਾਨਾ ਲੱਗਦਾ ਹੈ ਤੱਕ ਨਗਰ ਨਿਗਮ ਦੁਆਰਾ ਮਾਰਸ਼ਲੇਟ ਟੀਮ ਨਾਲ ਮਿਲ ਕੇ 1609 ਲੋਕਾਂ ਦੇ ਚਲਾਨ ਕੱਟੇ ਜਾ ਚੁੱਕੇ ਨੇ ਇਹਨਾਂ ਨਿਯਮਾਂ ਦੀ ਪਾਲਣਾ ਇਨੀ ਸਖਤੀ ਨਾਲ ਕੀਤੀ ਜਾਂਦੀ ਹੈ ਕਿ ਆਮ ਤੋਂ ਲੈ ਕੇ ਅਧਿਕਾਰੀ ਤੱਕ ਕੋਈ ਵੀ ਵਿਅਕਤੀ ਹੋਵੇ ਕਿਸੇ ਦੀ ਵੀ ਸਿਫਾਰਿਸ਼ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਇਸ ਉਪਰਾਲੇ ਸਦਕੇ ਜਿੱਥੇ ਹਰ ਰੋਜ਼ ਨਹਿਰ ਵਿੱਚੋਂ 4 ਤੋਂ 5 ਟਰੱਕ ਕੂੜੇ ਦੇ ਨਿਕਲਦੇ ਸੀ ਉਹ ਘਟ ਕੇ ਇੱਕ ਟਰੱਕ ਹਫ਼ਤੇ ਦਾ ਰਹਿ ਗਿਆ ਹੈ ਇਸ ਮੁਹਿੰਮ ਕਾਰਨ ਸਿਧਵਾ ਨਹਿਰ ਐਨ ਡੀਟੀ ਦੀ ਰਿਪੋਰਟ ਮੁਤਾਬਕ ਪਹਿਲਾਂ ਨਾਲੋਂ 99% ਸਾਫ਼ ਹੈ ਜੇ ਤੁਸੀਂ ਵੀ ਨਗਰ ਨਿਗਮ ਤੇ ਮਾਰਸ਼ਲੇਟ ਦੇ ਸੁਪਰਾਲੇ ਤੋਂ ਖੁਸ਼ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਵੀ ਜਾਗਰੂਕ ਕਰੋ ਤੇ ਹੋਰ ਜਾਣਕਾਰੀ ਲਈ ਸਿਟੀ ਨੀਡਸ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ